ਹਾਂਜੀ, ਇੱਕ ਵਾਰੀ ਫਿਰ ਦੁਬਾਰਾ ਲਾਈਵ। ਪਹਿਲਾਂ ਕਨੈਕਸ਼ਨ ਵੀਕ ਹੋਣ ਕਰਕੇ ਵਿੱਚੇ ਕਨੈਕਸ਼ਨ ਟੁੱਟ ਗਿਆ ਸੀਗਾ, ਅਤੇ ਜਿਵੇਂ ਕਿ ਤੁਸੀਂ ਮੇਰੇ ਗੀਤ ਰਾਜਨੀਤੀ ਵਰਸਿਸ ਲਵ ਨੂੰ ਬਹੁਤ ਪਿਆਰ ਦਿੱਤਾ, ਅਤੇ ਮੇਰੀਆਂ ਵੱਖ ਵੱਖ ਇੰਟਰਵਿਊ ਜੋ ਮੈਂ ਵੱਖ ਵੱਖ ਸਿੰਗਰਾਂ ਰਾਈਟਰਾਂ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਉਂਦਾ, ਤੁਸੀਂ ਬਹੁਤ ਪਿਆਰ ਦਿੰਦੇ ਹੋ, ਅਤੇ ਮੈਂ ਇਸੇ ਤਰ੍ਹਾਂ ਇੰਟਰਵਿਊ ਤੁਹਾਡੇ ਨਾਲ ਹੋਰ ਸਮੇਂ ਸਮੇਂ ਦੇ ਲੈ ਕੇ ਆਉਂਦਾ ਰਹਾਂਗਾ। ਅਤੇ ਤੁਸੀਂ ਹਰ ਵੀਕ ਮੇਰੇ ਯੂਟਿਊਬ ਚੈਨਲ 'ਤੇ ਜਾ ਕੇ ਇੰਟਰਵਿਊ ਵੱਖ ਵੱਖ ਸਿੰਗਰ ਰਾਈਟਰ ਜਾਂ ਹੋਰ ਸਮਾਜਿਕ ਮੁੱਦਿਆਂ 'ਤੇ ਦੇਖ ਸਕਦੇ ਹੋ, ਅਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਅਤੇ ਮੈਂ ਇਸੇ ਤਰ੍ਹਾਂ ਤੁਹਾਡੇ ਨਾਲ ਇੰਟਰਵਿਊ ਲੈ ਕੇ ਆਉਂਦਾ ਰਹਾਂਗਾ। ਹੁਣ ਮੈਂ ਗੱਲ ਕਰਨੀ ਚਾਹ ਰਿਹਾ ਕਿ ਜਿਵੇਂ ਕਿ ਪਿੱਛੇ ਜੇ ਹਰਮਨ ਬਾਈ ਆਪਣਾ ਕਾਫੀ ਚਰਚਾ ਦੇ ਵਿੱਚ ਆ, ਅਤੇ ਨਾਲ ਹੀ ਗੁਰਜੰਟ ਸਿੰਘ ਜਿਹੜਾ ਵੱਡਾ ਗਰੇਵਾਲ ਨਾਲ ਕਾਫੀ ਵਿਵਾਦ ਰਿਹਾ, ਅਤੇ ਮੈਂ ਇੱਕ ਤਾਂ ਗੁਰਜੰਟ ਸਿੰਘ ਨੂੰ ਕਹਿਣਾ ਚਾਹ ਰਿਹਾ ਕਿ ਜੇ ਤੁਸੀਂ ਜਿੰਨਾ ਟਾਈਮ ਵੇਸਟਿੰਗ ਤੁਸੀਂ ਸਿੰਗਰਾਂ ਨੂੰ ਮਿਲਣ ਲਈ ਖਰਾਬ ਕਰਦੇ ਜਾਂ ਹੋਰ ਕੰਮਾਂ ਲਈ ਖਰਾਬ, ਉਹਦੇ ਤੁਸੀਂ ਕੋਈ ਆਪਣਾ ਵਧੀਆ ਸਮਾਜ ਦੇ ਵਿੱਚ ਕੰਮ ਕਰ ਰਹੇ, ਤੁਹਾਨੂੰ ਜਿੰਨੇ ਲੋਕ ਫੋਲੋ ਕਰ ਰਹੇ, ਤੁਸੀਂ ਪਿੱਛੇ ਜੇ ਮੈਸੇਜ ਵੀ ਪਾਇਆ ਸੀ ਕਿ ਮੈਂ ਕੋਈ ਗੀਤ ਲੈ ਕੇ ਆਊਂਗਾ ਵਧੀਆ, ਅਤੇ ਤੁਸੀਂ ਮਾੜੇ ਸਿੰਗਰ ਜਿਹੜੇ ਗਾਉਂਦੇ ਆ ਉਹਨਾਂ ਨੂੰ ਚੱਕਣ ਦੀ ਬਜਾਏ ਜਿਹੜੇ ਵਧੀਆ ਸਿੰਗਰ ਆ ਉਹਨਾਂ ਨੂੰ ਚੱਕ ਕੇ ਮੂਹਰੇ ਕਿਉਂ ਨਹੀਂ ਲਿਆਉਂਦੇ, ਕਿਉਂਕਿ ਤੁਹਾਡੇ ਨਾਲ ਲੱਖਾਂ ਦੇ ਤਦਾਦ ਨਾਲ ਲੋਕ ਜੁੜੇ ਹੋਏ ਹਨ, ਅਤੇ ਤੁਸੀਂ ਜੋ ਕਿ ਫਲਾਨਾ ਲੈਕਚਰ ਗਾਉਂਦਾ ਜੀ ਮੈਂ ਉਹਨੂੰ ਮਿਲੂੰਗਾ, ਮੈਂ ਉਹਨੂੰ ਇਹ ਕਹੂੰਗਾ, ਮੈਂ ਉਹ ਕਹੂੰਗਾ, ਉਹਦੇ ਨਾਲੋਂ ਚੰਗਾ ਆ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਕਿਹੜਾ ਵਧੀਆ ਗਾਉਂਦਾ, ਕਿਹੜਾ ਸਮਾਜਿਕ ਮੁੱਦਿਆਂ 'ਤੇ ਗੀਤ ਗਾਉਂਦਾ, ਸੱਭਿਆਚਾਰਕ ਗੀਤ ਗਾਉਂਦਾ ਜਾਂ ਹੋਰ ਸਮਾਜ ਦੇ ਵਿੱਚ ਜੋ ਸਮਾਜਿਕ ਬੁਰਾਈਆਂ ਉਹਨਾਂ ਨੂੰ ਦੇ ਲੈ ਕੇ ਆਉਂਦਾ, ਅਤੇ ਤੁਸੀਂ ਲੈਕਚਰ ਸਿੰਗਰਾਂ ਨੂੰ ਦਾ ਬਾਈਕਾਟ ਕਰਨ ਦੀ ਕਰੋ, ਅਤੇ ਜਿਹੜੇ ਵਧੀਆ ਗਾਉਂਦੇ ਉਹਨਾਂ ਨੂੰ ਸਾਨੂੰ ਤੁਸੀਂ ਵਧੀਆ ਗਾਉਣ ਵਾਲੇ ਨੂੰ ਮਿਲਣ ਲਈ ਜ਼ੋਰ ਲਾਓ, ਇਹਨਾਂ ਜਿਹੜਾ ਤੁਹਾਨੂੰ ਵਧੀਆ ਤਰੀਕੇ ਨਾਲ ਮਿਲੂਗਾ ਵੀ, ਅਤੇ ਤੁਹਾਡੀ ਹੈਲਪ ਵੀ ਕਰੂ, ਤੁਹਾਨੂੰ ਵੀ ਪ੍ਰਮੋਟ ਕਰੂਗਾ। ਤੁਸੀਂ ਤਾਂ ਇੱਕ ਪਬਲਿਸਿਟੀ ਦਾ ਸਟੰਟ ਜਿਹਾ ਖੇਡ ਰਹੇ ਹੋ, ਜੋ ਸਿੰਗਰ ਪਹਿਲਾਂ ਕਾਫੀ ਹਿੱਟ ਆ ਤੁਸੀਂ ਉਹਦੇ ਮਗਰ ਪੈਂਦੇ ਆ, ਨਾ ਕਿ ਤੁਸੀਂ ਕਿਸੇ ਵਧੀਆ ਸਿੰਗਰ ਨੂੰ ਜੋ ਸਮਾਜਿਕ ਮੁੱਦੇ 'ਤੇ ਕੰਮ ਕਰ ਰਿਹਾ ਜਾਂ ਵਧੀਆ ਕੰਮ ਕਰ ਰਿਹਾ ਤੁਸੀਂ ਉਹਦੀ ਹੈਲਪ ਕੋਈ ਕਰ ਰਹੇ ਹੋ, ਜਾਂ ਤੁਸੀਂ ਆਪ ਕੋਈ ਵਧੀਆ ਸਮਾਜਿਕ ਗੀਤ ਗਾ ਸਕਦੇ ਹੋ। ਜਿੰਨਾ ਜੋ ਤੁਸੀਂ ਕਿਸੇ ਲੈਕਚਰ ਗਾਉਣ ਵਾਲੇ ਦੇ ਮਗਰ ਘੁੰਮ ਘੁੰਮ ਕੇ ਮੈਂ ਉੱਥੇ ਮਿਲ ਲੂੰਗਾ, ਉੱਥੇ ਮਿਲੂੰਗਾ ਤੁਹਾਨੂੰ, ਤੁਸੀਂ ਟਾਈਮ ਵੇਸਟਿੰਗ ਕਰਦੇ, ਉਨੇ ਟਾਈਮ ਦੇ ਵਿੱਚ ਤਾਂ ਤੁਸੀਂ ਕਿਸੇ ਇੱਕ ਵਧੀਆ ਸਿੰਗਰ ਨੂੰ ਪ੍ਰਮੋਟ ਕਰ ਸਕਦੇ ਹਾਂ ਜਿਹੜਾ ਕੋਈ ਸਮਾਜ ਦੇ ਵਿੱਚ ਵਧੀਆ ਕੰਮ ਕਰ ਰਿਹਾ ਹੈ, ਹੋਰ ਵੀ ਕੰਮ ਕਾਫੀ ਹੈ ਸਮਾਜ ਵਿੱਚ ਕਰਨ ਲਈ। ਅਤੇ ਇਸ ਕਰਕੇ ਤੁਸੀਂ ਆਪਣਾ ਕੰਮ ਜੇ ਕਰਨਾ ਤਾਂ ਵਧੀਆ ਤਰੀਕੇ ਨਾਲ ਕਰਦੇ ਰਹੋ, ਨਾ ਕਿ ਇਸ ਟਾਈਮ ਵੇਸਟਿੰਗ ਦੇ ਵਿੱਚ ਆਪਣੇ ਸਮਾਜ ਦੀ ਆਪਣੀ ਕੌਮ ਦੀ ਬਦਨਾਮੀ ਕਰਨ ਨਾਲੋਂ ਕਿ ਇਸ ਤਰੀਕੇ ਨਾਲ ਲੱਗ ਰਿਹਾ ਸੀ ਮੈਨੂੰ ਤਾਂ ਜਿਵੇਂ ਕਿ ਇੱਥੇ ਹੁਣ ਲੜਾਈ ਹੋਣ ਵਾਲੀ ਹੁੰਦੀ ਕੋਈ। ਬਾਕੀ ਮੇਰੀਆਂ ਇੰਟਰਵਿਊ ਜੋ ਤੁਸੀਂ ਵੱਖ ਵੱਖ ਸਮੇਂ ਸਮੇਂ 'ਤੇ ਦੇਖਦੇ ਆ ਉਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ, ਅਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੁਸੀਂ ਸਾਰਿਆਂ ਨੇ। ਬਸ ਮੈਂ ਇੰਨਾ ਕੁ ਮੈਸੇਜ ਦੇਣ ਲਈ ਲਾਈਵ ਹੋਇਆ ਸੀ, ਪਹਿਲਾਂ ਕਨੈਕਸ਼ਨ ਟੁੱਟ ਗਿਆ, ਪਹਿਲਾਂ ਵੀ ਥੋੜ੍ਹਾ ਦੇਰ ਪਹਿਲਾਂ ਮੈਂ ਲਾਈਵ ਹੋਇਆ ਸੀ, ਕਨੈਕਸ਼ਨ ਵੀਕ ਹੋਣ ਕਰਕੇ ਕਨੈਕਸ਼ਨ ਵਿੱਚੇ ਹੀ ਟੁੱਟ ਗਿਆ। ਇਸ ਵੇਲੇ ਮਹਿੰਦਰ ਜਲੰਧਰੀ ਅਤੇ ਜਸਵੀਰ ਮਾਨਕੂ ਦੋ ਜਣੇ ਲਾਈਵ ਦੇਖ ਰਹੇ ਆ, ਦੋ ਜਣੇ ਸ਼ੋਅ ਹੋ ਰਹੇ ਇਸ ਵੇਲੇ। ਚਲੋ ਧੰਨਵਾਦ, ਫਿਰ ਟਾਈਮ ਮਿਲਿਆ ਤਾਂ ਫਿਰ ਲਾਈਵ ਹੋਵਾਂਗੇ। ਧੰਨਵਾਦ ਦੋਸਤੋ।